ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਨੂੰ ਇੱਕ ਬੜੀ ਕੁਦਰਤੀ ਚੀਜ਼, ਇੱਕ ਨੇਚਰ ਵਾਲੀ ਦਿਖਾ ਰਿਹਾ। ਅਤੇ ਪਹਿਲਾਂ ਮੈਂ ਤੁਹਾਨੂੰ ਉਹਦੀ ਫੋਟੋ ਦਿਖਾਉਣਾ ਵੀ ਕਿਵੇਂ ਜਿਹੜੇ ਸਮੁੰਦਰ ਦੀਆਂ ਲਹਿਰਾਂ ਅਤੇ ਹਵਾਵਾਂ ਪੱਥਰਾਂ ਨੂੰ ਤਰਾਸ਼ ਕੇ ਉਹਨਾਂ ਨੂੰ ਗੋਲ ਕਰ ਦਿੰਦੇ ਨੇ। ਉਹਨਾਂ ਦਾ ਇੱਕ ਬੜਾ ਕੁਦਰਤੀ ਅਤੇ ਕੁਦਰਤੀ ਰੰਗ ਪੈਦਾ ਹੁੰਦੇ ਨੇ। ਪਹਿਲਾਂ ਮੈਂ ਤੁਹਾਨੂੰ ਉਹਨਾਂ ਦੀ ਫੋਟੋ ਦਿਖਾਉਣਾ ਪੱਥਰਾਂ ਦੀ, ਫਿਰ ਮੈਂ ਤੁਹਾਨੂੰ ਉਹਨਾਂ ਕੋਲ ਜਾ ਕੇ ਸਮੁੰਦਰ ਦੇ ਕਿਨਾਰੇ ਪ੍ਰੈਕਟੀਕਲ ਤੌਰ 'ਤੇ ਫਿਰ ਮੈਂ ਤੁਹਾਨੂੰ ਦਿਖਾਵਾਂਗਾ। ਪਹਿਲਾਂ ਆ ਫੋਟੋ ਦੇਖੋ ਨਾ, ਇਹ ਬੀਚ ਹੈ। ਇਸ ਬੀਚ ਦਾ ਨਾਮ ਹੈ ਲੇਕ ਸਾਈਡ ਪਾਰਕ। ਇਹ ਆਹ ਦੇਖੋ ਲਾਲ, ਇਹ ਲਾਲ ਪੱਥਰ ਨੇ ਜੀ। ਆਹ ਦੇਖੋ ਬੀਚ ਦੇ ਸਾਰੇ ਕਿਨਾਰੇ ਲਾਲ ਨੇ। ਇਹ ਲਾਲ ਰਗੜ ਰਗੜ ਹਵਾਵਾਂ ਨਾਲ, ਸਮੁੰਦਰ ਦੀਆਂ ਛੱਲਾਂ ਨਾਲ ਹੋਏ ਹੋਏ ਨੇ। ਅਤੇ ਹੁਣ ਅੱਗੇ ਚੱਲ ਕੇ ਮੈਂ ਤੁਹਾਨੂੰ ਇਹ ਦਿਖਾਉਣਾ। ਆਪਾਂ ਚੱਲਦੇ ਹਾਂ ਹੁਣ ਸਮੁੰਦਰ ਦੇ ਕਿਨਾਰੇ 'ਤੇ। ਆ ਜਾਓ ਇੱਧਰ ਦੀ ਆ ਜਾਓ। ਮੈਂ ਥੋੜ੍ਹਾ ਜਿਹਾ ਲੇਟ ਹੋ ਗਏ ਸੀ, ਸ਼ਾਮ ਜੀ ਹੋ ਗਈ। ਆ ਗਈ ਜੀ ਜਿਹੜੀ ਫੋਟੋ ਲੱਗੀ ਹੋਈ ਸੀ। ਆ ਸੀ, ਆ ਦੇਖੋ ਇਹ ਸਾਰੇ ਲਾਲ ਨੇ। ਇਹ ਲਾਲ ਰਗੜ ਕੇ, ਆ ਦੇਖੋ ਐਂ ਹੋਈਆਂ ਹੋਈਆਂ ਨੇ, ਇਸ ਤਰ੍ਹਾਂ ਤਰਾਸ਼ੇ ਗਏ ਜੀ ਸਾਰੇ ਇਹ। ਅੱਗੇ ਤੁਹਾਨੂੰ ਦਿਖਾਉਣਾ ਚੱਲ ਕੇ। ਇਹ ਦੇਖੋ ਜੀ ਕੁਦਰਤ ਦਾ ਨਜ਼ਾਰਾ, ਦੇਖੋ ਕੁਦਰਤ ਦਾ ਕ੍ਰਿਸ਼ਮਾ ਕਿਵੇਂ ਇਹਨਾਂ ਨੂੰ ਤਰਾਸ਼ ਤਰਾਸ਼ ਲਾਲ ਪੱਥਰ ਗੋਲ ਕਰਤੇ। ਅਤੇ ਇਹ ਸੀ ਜੀ ਦੇਖਣ ਵਾਲੀ, ਆ ਪਾਣੀ ਦੇ ਵਿੱਚ ਵੀ ਤੁਹਾਨੂੰ ਦਿਖਾਉਣਾ ਥੋੜ੍ਹਾ ਜਿਹਾ। ਇਹ ਦੇਖੋ ਪਾਣੀ ਦੇ ਵਿੱਚ ਪਾਣੀ ਇਹਨਾਂ ਨੂੰ ਤਰਾਸ਼ਦਾ, ਹਵਾਵਾਂ ਲਹਿਰਾਂ ਜਿਹੜੀਆਂ ਆਉਂਦੀਆਂ ਨੇ ਉਹ ਤਰਾਸ਼ਦੀਆਂ ਨੇ ਇਹਨਾਂ ਨੂੰ। ਇਹ ਬੀਚ ਹੈ ਜੀ, ਲਾਲ ਹੈ ਇਹ ਸਾਰਾ, ਧੁਰ ਤੱਕ ਲਾਲ ਹੀ ਪੱਥਰ ਨੇ, ਤਰਾਸ਼ੇ ਹੋਏ ਨੇ ਸਾਰੇ। ਸੋ ਦੇਖੋ ਇਹਨੂੰ ਅੱਗੇ ਵੀ ਸ਼ੇਅਰ ਕਰੋ। ਬਹੁਤ ਵਧੀਆ ਸੀਨ ਹੈ ਜੀ। ਉਹ ਕੋਈ ਫੈਮਿਲੀ ਬੈਠੇ ਨੇ ਗੋਰੇ, ਉਹ ਆਪਦਾ ਧੂਣੀ ਲਾ ਕੇ ਇੰਜੋਏ ਕਰ ਰਹੇ ਨੇ, ਸੇਕ ਰਹੇ ਨੇ ਨਾਲੇ ਠੰਡ 'ਚ। ਛੁੱਟੀ ਹੈ ਕਿਉਂਕਿ ਐਤਵਾਰ ਸੀ ਅੱਜ। ਤੁਸੀਂ ਇਹਨੂੰ ਅੱਗੇ ਸ਼ੇਅਰ ਕਰ ਦਿਓ।